ਕੀ ਕਾਰਨ ਹੋ ਸਕਦੇ ਆ ਪਰਚਾ ਦਰਜ ਕਰਨਾ ਪਿੱਛੇ ਨੂੰ ਤੁਸੀਂ ਕਿਹਾ ਕਿ ਕੱਟ ਤਾਂ ਹੋ ਜਗੇ ਬਹੁਤ ਹੋ ਰਿਹਾ ਫਿਰ ਦੀਪ ਸਿੱਧੂ ਨੂੰ ਟਾਰਗੇਟ ਬਣਾਇਆ ਜਾਣਾ ਕੀ ਕਰਨਵਾ ਜਿਹੜਾ ਬਿਲਕੁਲ ਹੀ ਨਜਾਇਜ਼ ਇੱਕ ਪਰਚਾ ਦਰਜ ਕੀਤਾ ਹੈਗਾ ਬਾਈ ਦੇ ਸਿਰ ਤੇ ਤੇ ਉਹਦੇ ਅਸੀਂ ਸ਼ਖਤ ਸ਼ਬਦਾਂ ਦੇ ਵਿੱਚ ਕਹਿ ਦਈਏ ਕਿ ਨਖੇਤੀ ਕਰਦੇ ਆ ਜਦੋਂ ਕੋਈ ਲੀਡਰਾਂ ਦੀਆਂ ਰੈਲੀਆਂ ਹੁੰਦੀਆਂ ਨੇ ਲੀਡਰਾਂ ਦੇ ਆਪਦੇ ਕੰਮ ਹੁੰਦੇ ਆ ਉਦੋਂ ਪ੍ਰਸ਼ਾਸਨ ਸੁੱਤਾ ਹੁੰਦਾ ਅਸਲ ਵਿੱਚ ਇਹ ਸਰਕਾਰਾਂ ਨੂੰ ਪਤਾ ਹੈਗਾ ਕਿ ਜੇ ਸਾਡੀ ਜੇ ਕੋਈ ਮੰਜੀ ਠੋਕ ਸਕਦਾ ਤਾਂ ਉਹ ਇੱਕ ਨੌਜਵਾਨ ਪੀੜੀ ਹੈ ਜੇ ਅੱਜ ਦੇ ਟਾਈਮ ਦੇ ਸੀ ਠੱਲ ਪਾਉਣ ਦੇ ਕਾਮਯਾਬ ਰਹੇ ਤਾਂ ਸਾਡੀ ਸਿਆਸੀ ਜਿਹੜੀਆਂ ਰੋਟੀਆਂ ਉਹ ਸਿੱਗੇ ਸਿੱਖਦੀਆਂ ਰਹਿਣੀਆਂ ਨਹੀਂ ਤਾਂ ਇਹਨਾਂ ਦੀ ਆਉਣ ਵਾਲੀ ਸਿਆਸੀ ਪੀੜੀ ਨੂੰ ਖਤਰਾ ਹੈ ਅਸਲ ਵਿੱਚ ਇਹ ਸਰਕਾਰਾਂ ਨੂੰ ਪਤਾ ਹੈਗਾ ਕਿ ਜੇ ਸਾਡੀ ਜੇ ਕੋਈ ਮੰਜੀ ਠੋਕ ਸਕਦਾ ਤਾਂ ਉਹ ਇੱਕ ਨੌਜਵਾਨ ਪੀੜੀ ਹੈ ਜੇ ਅੱਜ ਦੇ ਟਾਈਮ ਦੇ ਸੀ ਠੱਲ ਪਾਉਣ ਦੇ ਕਾਮਯਾਬ ਰਹੇ ਤਾਂ ਸਾਡੀ ਸਿਆਸੀ ਜਿਹੜੀਆਂ ਰੋਟੀਆਂ ਉਹ ਸਿੱਗੇ ਸਿੱਖਦੀਆਂ ਰਹਿਣੀਆਂ ਨਹੀਂ ਤਾਂ ਇਹਨਾਂ ਦੀ ਆਉਣ ਵਾਲੀ ਸਿਆਸੀ ਪੀੜੀ ਨੂੰ ਖਤਰਾ ਹੈ ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਲੋਕਵਾਜੀ ਟੀਵੀ ਤੇ ਮੈਂ ਮਨਿੰਦਰ ਜੀ ਸਿੱਧੂ ਬੀਤੇ ਕੱਲ ਦੀਪ ਸਿੱਧੂ ਦੇ ਉੱਪਰ ਜੈਤੋ ਥਾਣਾ ਵਿਖੇ ਪਰਚਾ ਦਰਜ ਹੋਇਆ ਜਿਸ ਤੋਂ ਬਾਅਦ ਉਹਨਾਂ ਦੇ ਸਮਰਥਕਾਂ ਵੱਲੋਂ ਕੱਲ ਸ਼ਾਮ ਨੂੰ ਹੀ ਉਸ ਦਾ ਵਿਰੋਧ ਕੀਤਾ ਗਿਆ ਤੇ ਪੁਲਿਸ ਸਟੇਸ਼ਨ ਜੈਤੋ ਕੋਲ ਕਤਰ ਵੀ ਹੋਏ ਉਸ ਤੋਂ ਬਾਅਦ ਲਗਾਤਾਰ ਲੋਕਾਂ ਦੇ ਵਿੱਚ ਇਹ ਗੁੱਸਾ ਹੈ ਕਿ ਦੀਪ ਸਿੱਧੂ ਤੇ ਹੀ ਪਰਚਾ ਕਿਉਂ ਦਰਜ ਕੀਤਾ ਗਿਆ ਜਦੋਂ ਕਿ ਵੱਖ-ਵੱਖ ਜਗ੍ਹਾ ਦੇ ਉੱਤੇ ਵੱਖ-ਵੱਖ ਸਿਆਸੀ ਪਾਰਟੀਆਂ ਇਕੱਠ ਕਰਦੀਆਂ ਉਦੋਂ ਪਰਚੇ ਨਹੀਂ ਦਿੱਤੇ ਜਾਂਦੇ ਤਾਂ ਜਿਸ ਪਿੰਡ ਦੇ ਕਰਕੇ ਪਾਰਟਿਆ ਦਾ ਤਾਂ ਆ ਗਿਆ ਪਿੰਡ ਮੱਤਾ ਦੇ ਕਰਕੇ ਵੀ ਇੱਥੇ ਇਕੱਠ ਹੋਇਆ ਉਥੋਂ ਦੇ ਨੌਜਵਾਨ ਇੱਥੇ ਇਕੱਤਰ ਹੋਇਆ ਉਹਨਾਂ ਦਾ ਕੀ ਕਹਿਣਾ ਇਸ ਬਾਰੇ ਆ ਉਹ ਗੱਲ ਕਰਦੇ ਆ ਕੀ ਰੋਸ ਹੈ ਜਿਹੜਾ ਤੁਸੀਂ ਇਕੱਤਰ ਹੋਇਆ ਸਾਡਾ ਰੋਸ ਹੈ ਜੀ ਜਿਹੜਾ ਹੁਣ ਦੀਪ ਸਿੱਧੂ ਬਾਈ ਆਇਆ ਸੀਗਾ ਪਿੰਡ ਦੇ ਵਿੱਚ ਆਪਣੀ ਕਾਲ ਦੇ ਨਾਲ ਪਿੰਡ-ਪਿੰਡ ਜਾ ਕੇ ਲਾਂਬੰਦੀਆਂ ਕਰ ਰਿਹਾ ਕਿ ਵੱਧ ਤੋਂ ਵੱਧ ਦਿੱਲੀ ਅਸੀਂ ਪਹੁੰਚ ਗਏ ਆਪਣੇ ਧਰਮ ਨੂੰ ਸਟਰੋਂਗ ਕਰ ਗਏ ਸਟਰੈਂਥ ਵਧਾ ਗਏ ਹੋਰ ਤੇ ਉਹਨਾਂ ਦੇ ਪ੍ਰਤੀ ਪ੍ਰਸ਼ਾਸਨ ਨੇ ਜਿਹੜਾ ਬਿਲਕੁਲ ਹੀ ਨਜਾਇਜ਼ ਇੱਕ ਪਰਚਾ ਦਰਜ ਕੀਤਾ ਹੈਗਾ ਬਾਈ ਦੇ ਸਿਰ ਤੇ ਤੇ ਉਹਦੇ ਅਸੀਂ ਸ਼ਰਤ ਸ਼ਬਦਾਂ ਦੇ ਵਿੱਚ ਕਹਿ ਦਈਏ ਕਿ ਖੇਤੀ ਕਰਦੇ ਆ ਵੀ ਗਲਤ ਗੱਲ ਆ ਵੀ ਹੁਣ ਆਪਾਂ ਹੁਣੇ ਜੇ ਦੇਖ ਲਈਏ ਮੈਂ ਪਤਾ ਹੈ ਮੈਨੂੰ ਮੈਂ ਤੁਹਾਨੂੰ ਫੋਲੋ ਕਰਦਾਗਾ ਮੈਂ ਤੁਹਾਡੇ ਰਿਪੋਰਟਾਂ ਹੀ ਦੇਖਿਆ ਸੀਗਾ ਸ਼ਾਇਦ ਤੁਸੀਂ ਕਵਰਿੰਗ ਕੀਤੀ ਹੋਊਗੀ ਉੱਥੇ ਵੀ ਜਦੋਂ ਜੈਤੋ ਦੀ ਪ੍ਰਧਾਨਗੀ ਹੋਈ ਸੀਗੀ ਤਾਂ ਕਿੰਨਾ ਘੱਟ ਸੀ ਉਦੋਂ ਕੋਈ ਮਾਸਕ ਨਹੀਂ ਸੀਗਾ ਕਿੰਨਾ ਕਰਾਊਡ ਸੀਗਾ ਵੀ ਉਦੋਂ ਕੋਰੋਨਾ ਕਿੱਥੇ ਜਾਂਦਾ ਜਦੋਂ ਕੋਈ ਲੀਡਰਾਂ ਦੀਆਂ ਰੈਲੀਆਂ ਹੁੰਦੀਆਂ ਨੇ ਲੀਡਰਾਂ ਦੇ ਆਪਦੇ ਕੰਮ ਹੁੰਦੇ ਆ ਉਦੋਂ ਪ੍ਰਸ਼ਾਸਨ ਸੁੱਤਾ ਹੁੰਦਾ ਉੱਥੇ ਕਿੰਨੇ ਉੱਚ ਅਧਿਕਾਰੀ ਸੀ ਪ੍ਰਸ਼ਾਸਨ ਦੇ ਏਡੀਸੀ ਤੱਕ ਵੀ ਮੌਜੂਦ ਸੀਗੇ ਪਰ ਉਦੋਂ ਉਹ ਚੀਜ਼ ਨੂੰ ਤਾਂ ਇਹਨਾਂ ਨੇ ਪਾਸੇ ਨਗਾਉਲਾ ਕਰਤਾ ਜੀ ਕੋਈ ਕਰੋਨਾ ਨਹੀਂਗਾ ਤੇ ਜੇ ਕੋਈ ਇੱਥੇ ਪਿੰਡ ਦੇ ਵਿੱਚ ਆ ਕੇ ਸਾਡੇ ਤਾਂ ਪਿੰਡਾਂ ਦੇ ਮਾਹੌਲ ਹੀ ਬਹੁਤ ਵਧੀਆ ਕੋਈ ਇਹੋ ਜੀ ਗੱਲ ਹੀ ਹੈ ਨਹੀਂਗੀ ਤੇ ਫਿਰ ਵੀ ਜੇ ਕੋਈ ਆਪਾਂ ਕਰਦੇ ਕੋਈ ਕਾਰਵਾਈਆਂ ਕਰਦੇ ਆ ਤਾਂ ਇਹਦੇ ਤੇ ਨਿਆਂ ਜੀ ਇੱਕ ਆਪ ਦੀ ਰੂਪ ਠੋਕ ਦਿੰਦੇ ਆ ਨਿਆਂ ਦੇ ਪਰਚੇ ਠੋਕ ਦਿੰਦੇ ਆ ਇਹ ਪ੍ਰਸ਼ਾਸਨ ਦੀਆਂ ਬਹੁਤ ਗਲਤ ਨੀਤੀਆਂ ਐ ਸੋ ਮੈਂ ਤਾਂ ਇਹੀ ਕਹੂੰਗਾ ਕਿ ਜੋ ਵੀ ਕੀਤਾ ਬਹੁਤ ਗਲਤ ਗੱਲ ਹੈ ਜੋ ਪਰਚਾ ਰੱਦ ਕਰਨਾ ਚਾਹੀਦਾ ਤੇ ਪ੍ਰਸ਼ਾਸਨ ਨੂੰ ਅਸੀਂ ਤਾਂ ਇਹੀ ਅਪੀਲ ਕਰਦੇ ਆਂ ਕਿ ਪਰਚਾ ਰੱਦ ਕਰੋ ਬਾਕੀ ਜੇ 2 ਦਿਨ ਦਾ ਟਾਈਮ ਹੈ ਸੂਚਿ ਵਿਚਾਰ ਲਈ ਜਿਵੇਂ ਵੀ ਬਾਕੀ ਫਿਰ ਕਾਲ ਆਉਂਦੀ ਹੈ ਫਿਰ ਉਸ ਤਰ੍ਹਾਂ ਦਾ ਕੋਈ ਐਕਸ਼ਨ ਪਲਾਨ ਕੀਤਾ ਜਾਊਗਾ ਕੋਈ ਧਰ ਤੁਹਾਨੂੰ ਕੀ ਲੱਗਦਾ ਤੇ ਪਿੱਛੇ ਕੀ ਕਾਰਨ ਹੋ ਸਕਦੇ ਆ ਪਰਚਾ ਦਰਜ ਕਰਨਾ ਪਿੱਛੇ ਨੂੰ ਤੁਸੀਂ ਕਿਹਾ ਕਿ ਕੱਟ ਤਾਂ ਹੋ ਜਾਈ ਬਹੁਤ ਹੋ ਰਿਹਾ ਫਿਰ ਦੀਪ ਸਿੱਧੂ ਨੂੰ ਟਾਰਗੇਟ ਬਣਾਇਆ ਜਾਣਾ ਕੀ ਕਰਨ ਵਾਂਗੇ ਟਾਰਗੇਟ ਜੀ ਬਸ ਹੁਣ ਦੀਪ ਸਿੱਧੂ ਨੂੰ ਉਧਰ ਮੇਨ ਤਾਂ ਟਾਰਗੇਟ ਇਹੀ ਆ ਵੀ ਲਾਲ ਕਿਲੇ ਦੇ ਉੱਤੇ ਝੰਡਾ ਕਰ ਲਹਿਰਾਉਣ ਕਰਕੇ ਉਸੇ ਕਰਕੇ ਟਾਰਗੇਟ ਬਣਾਇਆ ਜਾਂਦਾ ਬਾਕੀ ਕ੍ਰਾਈਮ ਬ੍ਰਾਂਚ ਵਾਲਿਓ ਵੀ ਜਿੰਨੇ ਵੀ ਹੁਣ ਦਿੱਲੀ ਦੇ ਵਿੱਚ ਆਪਾਂ ਦੇਖੀ ਜਾਂਦੇ ਵੀ ਹੁਣ ਆ ਲੇਟੈਸਟ ਹੁਣ 15 ਮੈਂਬਰੀ 15 ਜਣਾਂ ਦੇ ਹੋਰ ਉੱਤੇ ਬਣਾ ਕੇ ਇਹਨਾਂ ਨੇ ਐਫਆਈ ਆਰ ਆ ਕਰਕੇ ਫਿਰ ਆਪਣੀ ਦਿੱਤੀ ਹੈਗੀ ਕ੍ਰਾਈਮ ਬ੍ਰਾਂਚ ਨੇ ਦਿੱਤੀ ਹੈ ਵੀ 15 ਜਣੇ ਮਲਾਜਮ ਬਣਾ ਕੇ ਉਸ ਤਰ੍ਹਾਂ ਤੇ ਇਹੀ ਕਾਰਨ ਹੈ ਬਸ ਹੁਣ ਤਾਂ ਕੀ ਇਹਨੂੰ ਇੱਕ ਮੇਨ ਟਾਰਗੇਟ ਕੀਤਾ ਜਾ ਰਿਹਾ ਹੈ ਬਾਈ ਨੂੰ ਨਹੀਂ ਲੱਗਦਾ ਵੀ ਇਹੜੀਆਂ ਸਿਆਸੀ ਪਾਰਟੀਆਂ ਵੀ ਦੀਪ ਸਿੱਧੂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਜੇਕਰ ਇਲੈਕਸ਼ਨ ਲੜਦੇ ਆ ਜਾਂ ਹੋ ਸਕਦਾ ਲੋਕਾਂ ਜਿਵੇਂ ਨੌਜਵਾਨ ਜੁੜ ਰਹੇ ਆ ਵੀ ਉਹਨੂੰ ਟਾਰਗੇਟ ਲਿਆ ਹੋਏ ਵੀ ਇਹਨੂੰ ਇੱਥੇ ਹੀ ਰੋਕਿਆ ਜਾਵੇ ਅਸਲ ਵਿੱਚ ਇਹ ਸਰਕਾਰਾਂ ਨੂੰ ਪਤਾ ਹੈਗਾ ਕਿ ਜੇ ਸਾਡੀ ਜੇ ਕੋਈ ਮੰਜੀ ਠੋਕ ਸਕਦਾ ਤਾਂ ਉਹ ਇੱਕ ਨੌਜਵਾਨ ਪੀੜੀ ਹੈ ਕਿਉਂਕਿ ਬਜ਼ੁਰਗਾਂ ਨੂੰ ਤਾਂ ਹੁਣ ਪਿੰਡਾਂ ਦੇ ਵਿੱਚ ਵਗਲਾ ਕੇ ਜਿਵੇਂ ਹੁਣ ਸਿਆਸੀ ਪਾਰਟੀਆਂ ਚੱਲੀਆਂ ਅਕਾਲੀ ਦਲ ਹੋ ਗਿਆ ਕਾਂਗਰਸੀ ਹੋ ਗਏ ਠੀਕ ਹੈ ਜੀ ਪਹਿਲਾਂ ਤਾਂ ਇਹੀ ਸਿਆਸੀ ਪਾਰਟੀਆਂ ਪਹਿਲਾਂ ਤੁਰੀਆਂ ਆਉਂਦੀਆਂ ਰੈ ਬਣਾ ਕੇ 5 ਸਾਲ ਉਹ 5 ਸਾਲ ਤੇ ਜੇ ਹੁਣ ਆਪਣੀ ਕੋਈ ਨਵੀਂ ਚੀਜ਼ ਲਿਆ ਸਕਦਾ ਤਾਂ ਇਹਨਾਂ ਨੂੰ ਪਤਾ ਕਿ ਉਹ ਯੂਥ ਹੈ ਤੇ ਇਸੇ ਕਰਕੇ ਹੁਣ ਜੇ ਯੂਥ ਨੂੰ ਅੱਗੇ ਸਮਝਾ ਕੇ ਪਿੰਡਾਂ ਦੇ ਵਿੱਚੋਂ ਪਹਿਲਾਂ ਯੂਥ ਨਹੀਂ ਨਿਕਲਿਆ ਸੀ ਜੋ ਇਹਨਾਂ ਨੇ ਕੱਢਿਆ ਕਿ ਸੰਘਰਸ਼ਿਡ ਲ ਵਿਡੇ ਆਪਣਾ ਤਾਂ ਲਵਾਈ ਲੱਖੇ ਸਿਧਾਨੇ ਤੇ ਦੀਪ ਸਿੱਧੂ ਦੀ ਬਦੌਲਤ ਜਿਹੜਾ ਪਿੰਨਾਂ ਦਾ ਨੌਜਵਾਨ ਹੈ ਉਹ ਕਾਫੀ ਹੱਦ ਤੱਕ ਜਾ ਕੇ ਉੱਥੇ ਦਿੱਲੀ ਮੋਰਚੇ ਦੇ ਵਿੱਚ ਸਕਸੈਸ ਪਾਉਣ ਦੇ ਵਿੱਚ ਕਾਮਯਾਬ ਰਿਹਾ ਤੇ ਇਹੀ ਕਾਰਨ ਹੈਗਾ ਕਿ ਜੇ ਉਹਨਾਂ ਨੂੰ ਜਿਹੜਾ ਹੁਣ ਕਹਿ ਰਹੇ ਆ ਕਿ ਅਸੀਂ ਨੌਜਵਾਨੀ ਨੂੰ ਜੇ ਅੱਜ ਦੇ ਟਾਈਮ ਦੇ ਵਿੱਚ ਠੱਲ ਪਾ ਲਈ ਕਿਉਂਕਿ ਮੇਨ ਲੀਡਰ ਹੀ ਟਾਰਗੇਟ ਕਰਕੇ ਆਪਾਂ ਠੱਲ ਪਾ ਸਕਦੇ ਆ ਵੈਸੇ ਤਾਂ ਕੋਈ ਠੱਲ ਪਾ ਨਹੀਂ ਸਕਦੇਗੀ ਇਹੀ ਕਾਰਨ ਹੈਗਾ ਵੀ ਜੇ ਅੱਜ ਦੇ ਟਾਈਮ ਦੇ ਸੀ ਠੱਲ ਪਾਉਣ ਦੇ ਕਾਮਯਾਬ ਰਹੇ ਤਾਂ ਸਾਡੀ ਸਿਆਸੀ ਜਿਹੜੀਆਂ ਰੋਟੀਆਂ ਉਹ ਸਿੱਗੇ ਸਿੱਖਦੀਆਂ ਰਹਿਣ ਤੁਹਾਨੂੰ ਕੀ ਲੱਗਦਾ ਜਿਹੜਾ ਪਰਚਾ ਦਰਜ ਹੋਇਆ ਕਿੰਨਾ ਕੱਟ ਸੀ ਤੁਹਾਡੇ ਪਿੰਡ ਤੁਸੀਂ ਤਾਂ ਇੱਥੇ ਪਿੰਡ ਦੇ ਹੋ ਜਿਹਦੇ ਕਰਕੇ ਵੀ ਉਹਨਾਂ ਨੂੰ ਲੱਗਿਆ ਵੀ ਪਰਚਾ ਦਰਜ ਕਰਨਾ ਬੰਦ ਸਭ ਤੋਂ ਪਹਿਲਾਂ ਤਾਂ ਲੋਕ ਵਾਇਸ ਟੀਵੀ ਦਾ ਧੰਨਵਾਦ ਕਰਦੇ ਆ ਜਿਹੜਾ ਹਰ ਪੱਖ ਤੋਂ ਸੱਚੀ ਗੱਲ ਸੱਚੀ ਖਬਰ ਦਿਖਾਉਂਦਾ ਹੈ ਇਸੇ ਮਾਧਿਅਮ ਰਾਹੀਂ ਅਸੀਂ ਕਹਿਣਾ ਚਾਹੁੰਦੇ ਆ ਵੀ ਜੋ ਇਕੱਠ ਹੋਇਆ ਕੋਈ ਬਹੁਤਾ ਇਕੱਠ ਨਹੀਂ ਸੀ ਵੱਧ ਤੋਂ ਵੱਧ 30 35 30 35 ਵੀ ਨਹੀਂ ਬੰਦੇ 20 25 ਬੰਦੇ ਹੋਣੇ ਆ ਉਸ ਟਾਈਮ ਕਿਹ ਸੀਗਾ ਸਾਹਮਣੇ ਡੇਰੀ ਹੁੰਦੀ ਹੈ ਇੱਕਾ ਗੁਰਦੁਆਰਾ ਸਾਹਿਬ ਉਦੋਂ ਰਹਿ ਰਸ ਦਾ ਟਾਈਮ ਸੀ ਸੰਗਤ ਤਾਂ ਉਹੀ ਜਾ ਰਹੀ ਹੈ ਡੇਰੀ ਤੇ ਕੁਝ ਜਾ ਰਾ ਜਾ ਰਹੇ ਸੀ ਇਹ ਉਹਨਾਂ ਨੂੰ ਵਿੱਚ ਜੋੜ ਕੇ ਨਾਲ ਜੋੜ ਕੇ ਬਣਾਉਣਾ ਚਾਹੁੰਦੇ ਆ ਸਿਰਫ ਕਾਰਨ ਕੀ ਹੈ ਦੀਪ ਸਿੱਧੂ ਇੱਕ ਜਿਹੜਾ ਆਵਾਜ਼ ਚੱਕਦਾ ਲੋਕਾਂ ਦੀ ਆਵਾਜ਼ ਚੱਕ ਰਿਹਾ ਹੈ ਆਪਦੇ ਹੱਕਾਂ ਦੀ ਆਵਾਜ਼ ਚੱਕ ਰਿਹਾ ਉਹਨੂੰ ਉਹਦਾ ਇੱਕ ਤਰੀਕਾ ਹੈ ਜਿਹੜੇ ਢੰਗ ਨਾਲ ਉਹ ਸਮਝਾ ਸਕਦਾ ਲੋਕਾਂ ਨੂੰ ਉਹਦਾ ਸਮਝਾਉਣ ਦਾ ਤਰੀਕਾ ਉਹ ਲੋਕਾਂ ਨੂੰ ਛੇਤੀ ਸਮਝ ਆ ਜਾਂਦਾ ਹੈ ਉਸੇ ਚੱਕਰ 'ਚ ਹੀ ਇਹ ਵੀ ਇਹ ਜੂਥ ਨੂੰ ਅਵੇਅਰ ਕਰ ਰਿਹਾ ਹੈ ਤੇ ਉਸ ਤਹਿਤ ਇਹਨਾਂ ਨੇ ਪਰਚਾ ਦਰਜ ਕੀਤਾ ਉਹਦਾ ਮਤਲਬ ਕਹਿੰਦਾ ਵੀ ਦੀਪ ਸਿੱਧੂ ਨੂੰ ਵੀ ਉਹਨੂੰ ਰੋਕਣ ਲਈ ਉਹ ਜਿਹੜਾ ਲੋਕਾਂ 'ਚ ਪ੍ਰਚਾਰ ਕਰ ਲਿਆ ਉਹਨੂੰ ਰੋਕਣ ਲਈ ਜਿਆ ਕੁਝ ਕੀਤਾ ਜਾ ਰਿਹਾ ਬਿਲਕੁਲ ਜੀ ਬਿਲਕੁਲ ਵੀ ਜੂਥ ਅਵੇਅਰ ਕਰਨ 'ਚ ਉਹ ਸਕਸੈਸਫੁਲ ਹੋ ਜਾਂਦਾ ਕਿਉਂਕਿ ਉਹਦਾ ਜਿਹੜਾ ਸਲੀਕਾ ਤਰੀਕਾ ਗੱਲ ਕਰਨ ਦਾ ਉਹ ਛੇਤੀ ਸਮਝ ਆਉਂਦਾ ਨੌਜਵਾਨ ਪੀੜ੍ਹੀ ਨੂੰ ਤਾਂ ਦੇਖੋ ਨੌਜਵਾਨ ਖੜੇ ਆ ਪਿੰਡ ਦੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਸਾਰਿਆਂ ਦੇ ਵਿੱਚ ਇੱਕ ਰੋਸ ਹੈ ਕਿ ਦੀਪ ਸਿੱਧੂ ਤੇਰਾ ਪਰਚਾ ਦਿੱਤਾ ਗਿਆ ਉਹ ਗਲਤ ਹੈ ਇੱਕ ਹੋਰ ਗੱਲਬਾਤ ਕਰਦੇ ਆ ਤੁਸੀਂ ਇੱਥੇ ਮੌਜੂਦ ਸੀ ਜਦੋਂ ਦੀਪ ਸਿੱਧੂ ਆਇਆ ਹਾਂਜੀ ਹਾਂਜੀ ਇੱਥੇ ਸੀ ਸਾਰੇ ਹੀ ਇਹਦੋਂ ਕੋਈ ਜ਼ਿਆਦਾ ਜਿੰਨਾ ਇਹ ਕਰ ਰਿਹਾ ਉਹਨਾਂ ਇੰਨਾ ਨਹੀਂ ਹੈ ਨਹੀਂ ਸੀ ਕਿਉਂਕਿ ਇੱਕ ਬਾਈ ਜੀ ਨੇ ਪਹਿਲਾਂ ਸਾਨੂੰ ਦੱਸਿਆ ਵੀ ਉਹ ਸਾਹਮਣੇ ਡੇਰੀ ਕਰਕੇ ਵੀ ਲੋਕਾਂ ਦਾ ਆਉਣ ਜਾਣ ਵੀ ਸ਼ਾਮ ਦਾ ਟਾਈਮ ਦੁੱਧ ਹੁੰਦਾ ਇੱਕ ਰਹਿਰਾਸ ਦਾ ਟਾਈਮ ਸੀਗਾ ਜੀ ਤੇ ਕੋਸ਼ ਜਦੋਂ ਉਹਨਾਂ ਨੇ ਵੀ ਹੋ ਗਿਆ ਤੇ ਸਾਰੇ ਰੁਕ ਗਏ ਉਸ ਕਰਕੇ ਇਹਨਾਂ ਦਾ ਵੀ ਜ਼ਿਆਦਾ ਕਰ ਰਿਹਾ ਕੋਈ ਇੰਨਾ ਕਾਠ ਹੈ ਨਹੀਂ ਸੀ ਨਜਾਇਜ਼ ਕਰ ਰਹੇ ਜਿੰਨਾ ਕਰ ਰਹੇ ਆ ਇਹ ਹਾਂਜੀ ਹਾਂਜੀ ਤਾ ਤੁਸੀਂ ਇਥੇ ਗੱਲ ਇਥੇ ਹੀ ਨਿਕਲ ਕੇ ਆ ਰਹੀ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕੱਠ ਨਹੀਂ ਸੀ ਸਿਰਫ ਟਾਰਗੇਟ ਕੀਤਾ ਗਿਆ ਹੈ ਦੀਪ ਸਿੱਧੂ ਨੂੰ ਉਹਨਾਂ ਦਾ ਕਹਿਣਾ ਹੈ ਕਿ ਦੀਪ ਸਿੱਧੂ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਲਾਂਬੰਦ ਕਰ ਰਿਹਾ ਉਹ ਕਿਤੇ ਨਾ ਕਿਤੇ ਹਾਜਮ ਨਹੀਂ ਹੋ ਰਿਹਾ ਜਿਸ ਦੇ ਕਲਦਿਆਂ ਇਹ ਪਰਚਾ ਦਰਜ ਕੀਤਾ ਗਿਆ ਤਾਂ ਉਹਨਾਂ ਇਹ ਵੀ ਕਹਿ ਕਿ ਦੋ ਦਿਨ ਦਾ ਸਮਾਂ ਜੋ ਦਿੱਤਾ ਗਿਆ ਜਿਵੇਂ ਉਸ ਤੋਂ ਕਾਲ ਆਉਂਦੀ ਹੈ ਤਾਂ ਅਗਲਾ ਐਕਸ਼ਨ ਵੀ ਜਿਹੜੇ ਨੌਜਵਾਨ ਆ ਉਹ ਦੀਪ ਸਿੱਧੂ ਨਾਲ ਲੜ ਕੇ ਲੈ ਸਕਦੇ ਆ ਕੈਮਰਾ ਪਰਸਨ ਜਸਵੀਰ ਮੱਤਾ ਦੇ ਨਾਲ ਮਨਿੰਦਰ ਜੀ ਸਿੱਧੂ ਲੋਕ ਵਾਈ ਟੀਵੀ ਚੈਨਲ